19 ਜਨਵਰੀ ਨੂੰ ਹੋਣ ਵਾਲੇ PS ਟੈਟ ਐਗਜ਼ਾਮ ਲਈ ਐਡਮਿਟ ਕਾਰਡ ਜਾਰੀ ਹੋ ਚੁੱਕੇ ਹਨ ਅਤੇ ਲਗਭਗ ਸਾਰੇ ਹੀ ਕੈਂਡੀਡੇਟਸ ਨੂੰ ਜੋ ਐਗਜ਼ਾਮ ਸੈਂਟਰ ਹਨ ਉਹ ਨੇੜੇ ਹੀ ਮਿਲੇ ਹਨ। ਤੁਹਾਨੂੰ ਐਗਜ਼ਾਮ ਸੈਂਟਰ ਨੇੜੇ ਮਿਲਿਆ ਹੈ ਜਾਂ ਦੂਰ ਕਮੈਂਟ ਕਰਕੇ ਜ਼ਰੂਰ ਦੱਸੋ ਜੀ। ਅਤੇ ਬਹੁਤ ਸਾਰੇ ਸਟੂਡੈਂਟਸ ਵੱਲੋਂ ਕਮੈਂਟ ਆ ਰਹੇ ਸਨ ਕਿ ਇਸ ਐਗਜ਼ਾਮ ਲਈ ਜੋ ਟਾਈਮਿੰਗ ਰਹੇਗੀ ਉਸ ਬਾਰੇ ਦੱਸਿਆ ਜਾਵੇ। 19 ਜਨਵਰੀ ਨੂੰ ਹੋਣ ਵਾਲੇ ਇਸ ਐਗਜ਼ਾਮ ਲਈ ਜੋ ਅਫੀਸ਼ੀਅਲ ਕੰਡਕਟ ਬੁੱਕ ਆਈ ਹੈ ਉਹਦੇ ਵਿੱਚ ਦੱਸਿਆ ਜਾ ਰਿਹਾ ਜੋ ਪੇਪਰ 1 ਹੈ ਉਹ 10 ਵਜੇ ਤੋਂ ਲੈ ਕੇ 12:30 ਵਜੇ ਤੱਕ 2.5 ਘੰਟੇ ਦਾ ਸਮਾਂ ਰਹੇਗਾ ਅਤੇ ਜੋ ਪੇਪਰ 2 ਹੈ ਉਹ 2:30 ਵਜੇ ਤੋਂ ਲੈ ਕੇ 5 ਵਜੇ ਤੱਕ 2.5 ਘੰਟੇ ਦਾ ਸਮਾਂ ਰਹੇਗਾ। ਪੇਪਰ 1 ਆ ਉਹ ਮੋਰਨਿੰਗ ਦੇ ਸੈਸ਼ਨ ਵਿੱਚ ਹੋਵੇਗਾ ਅਤੇ ਜੋ ਪੇਪਰ 2 ਹੈ ਉਹ ਈਵਨਿੰਗ ਦੇ ਸੈਸ਼ਨ ਦੇ ਵਿੱਚ ਹੋਵੇਗਾ। ਪੇਪਰ 1 ਲਈ ਜੋ ਰਿਪੋਰਟਿੰਗ ਟਾਈਮ ਹੈ ਉਹ 9:15 ਵਜੇ ਦਾ ਹੈ ਅਤੇ ਜੋ ਪੇਪਰ ਸਟਾਰਟ ਹੋਵੇਗਾ ਉਹ 10 ਵਜੇ ਸਟਾਰਟ ਹੋਵੇਗਾ ਅਤੇ 12:30 ਵਜੇ ਪੇਪਰ ਖਤਮ ਹੋਵੇਗਾ। ਇਸ ਤਰ੍ਹਾਂ ਪੇਪਰ 2 ਲਈ ਜੋ ਰਿਪੋਰਟਿੰਗ ਟਾਈਮ ਹੈ ਉਹ 1:45 ਦਾ ਹੈ, 2:30 ਵਜੇ ਪੇਪਰ ਸਟਾਰਟ ਹੋਏਗਾ ਅਤੇ 5 ਵਜੇ ਪੇਪਰ ਸਮਾਪਤ ਹੋਵੇਗਾ। ਇਸ ਲਈ ਸਟੂਡੈਂਟਸ ਨੂੰ ਚਾਹੀਦਾ ਜੋ ਪੇਪਰ ਲਈ ਸਮਾਂ ਨਿਰਧਾਰਿਤ ਹੋਇਆ ਹੈ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉੱਥੇ ਪਹੁੰਚ ਜਾਣ ਤਾਂ ਜੋ ਉਹਨਾਂ ਨੂੰ ਪੇਪਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ। ਤਾਂ 19 ਜਨਵਰੀ ਨੂੰ ਹੋਣ ਵਾਲੇ ਇਸ ਐਗਜ਼ਾਮ ਦੇ ਵਿੱਚ ਜੋ ਪੇਪਰ 1 ਹੈ ਉਹ ਮੋਰਨਿੰਗ ਦੇ ਸੈਸ਼ਨ ਵਿੱਚ ਹੋਵੇਗਾ, ਸਮਾਂ ਰਹੇਗਾ 2.5 ਘੰਟੇ, ਅਤੇ ਜੋ ਪੇਪਰ 2 ਹੈ ਉਹ ਈਵਨਿੰਗ ਦੇ ਸੈਸ਼ਨ ਵਿੱਚ ਹੋਵੇਗਾ, ਸਮਾਂ ਰਹੇਗਾ 2.5 ਘੰਟੇ। ਅਤੇ ਇਸ ਐਗਜ਼ਾਮ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ।